ਔਰ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਖਾਸ ਕਾਰਜਕ੍ਰਮ ਮੇਲ ਮਿਲਾਪ ਵਿੱਚ। ਹੁਣ ਅਸੀਂ ਪਹੁੰਚੇ ਹਾਂ ਪਿੰਡ ਬੁਰਜ ਥਰੋੜ ਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਇੱਥੋਂ ਦੇ ਸਰਪੰਚ ਚਮਕੌਰ ਸਿੰਘ ਜੀ ਨਾਲ ਤੇ ਜਾਣਦੇ ਹਾਂ ਇਸ ਪਿੰਡ ਦੀ ਕਹਾਣੀ ਸਰਪੰਚ ਸਾਹਿਬ ਦੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਸਰ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਆ ਕਿ ਇੱਕ ਆਮ ਆਦਮੀ ਤੋਂ ਲੈ ਕੇ ਸਰਪੰਚੀ ਤੱਕ ਦਾ ਸਫ਼ਰ ਤੁਹਾਡਾ ਕਿਦਾਂ ਰਿਹਾ? ਪਹਿਲਾਂ ਤਾਂ ਮੈਂ ਆਪ ਜੀ ਨੂੰ ਜੀ ਆਇਆਂ ਦਾ ਪਿੰਡ ਬੁਰਜ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪਿੰਡ ਪਹੁੰਚ ਕੇ ਇੰਟਰਵਿਊ ਲਈ। ਤੇ ਮੈਡਮ ਜੀ ਮੇਰੀ ਦਿਲੀ ਤਮੰਨਾ ਸੀਗੀ ਵੀ ਮੈਂ ਵੀ ਕੁਛ ਨਾ ਕੁਛ ਪਿੰਡ ਦੇ ਲਈ ਯੋਗਦਾਨ ਪਾਵਾਂ, ਆਪਣੀ ਜ਼ਿੰਦਗੀ ਦਾ ਪੱਕੀ ਹਿੱਸਾ ਰਹਿੰਦਾ, ਲੋਕਾਂ ਨੂੰ ਸਮਰਪਿਤ ਹੋਵਾਂ, ਇਸ ਕਰਕੇ ਮੈਂ ਇਸ ਲਾਈਨ ਦੇ ਵਿੱਚ ਹੀ ਹਾਂ। ਸਰ ਡੇਢ ਸਾਲ ਹੋ ਗਿਆ ਤੁਹਾਨੂੰ ਸਰਪੰਚ ਬਣੇ ਨੂੰ, ਔਰ ਕਿਹੜੇ ਕਿਹੜੇ ਕੰਮ ਤੁਸੀਂ ਪਿੰਡ ਚ ਕਰਵਾ ਚੁੱਕੇ ਹੋ? ਮੈਡਮ ਸਾਡੇ ਮਤਲਬ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ। ਹਾਂਜੀ। ਤੇ ਗੰਦੇ ਪਾਣੀ ਦਾ ਨਿਕਾਸ ਅਸੀਂ ਕਰਵਾ ਚੁੱਕੇ ਹਾਂ ਤੇ ਪਾਈਪਲਾਈਨ ਮੁਕੰਮਲ ਵਧੀਆ ਪਾਣੀ ਦੀ ਜਾ ਰਿਹਾ। ਠੀਕ ਹੈ। ਗੰਦੇ ਪਾਣੀ ਦਾ ਨਿਕਾਸ ਵਧੀਆ ਹੋ ਜਾਂਦਾ ਪਿਆ, ਕੋਈ ਸਮੱਸਿਆ ਨਹੀਂ ਇਸ ਟਾਈਮ, ਪਾਣੀ ਵਧੀਆ ਗੰਦਾ ਜਾ ਰਿਹਾ। ਇਸ ਤੋਂ ਇਲਾਵਾ ਕੋਈ ਕੰਮ? ਇਸ ਤੋਂ ਇਲਾਵਾ ਅਸੀਂ ਸਾਡੇ ਕਾਫੀ ਟਾਈਮ ਤੋਂ ਪਸ਼ੂ ਡਿਸਪੈਂਸਰੀ ਦੀ ਮੰਗ ਸੀ। ਪਸ਼ੂ ਡਿਸਪੈਂਸਰੀ ਵੈਸੇ ਮੈਡਮ ਜੀ ਬਣ ਚੁੱਕੀ ਹੈ ਤੇ ਹਾਲਾਂਕਿ ਕੋਈ ਡਾਕਟਰ ਨਹੀਂ ਆ ਰਿਹਾ। ਠੀਕ ਹੈ। ਸਰ ਦੇਖਿਆ ਜਾਵੇ ਤੇ ਪੂਰੇ ਵਿਸ਼ਵ ਵਿੱਚ ਇੱਕ ਭਿਆਨਕ ਬਿਮਾਰੀ ਦਾ ਨਾਮ ਹੈ ਕਰੋਨਾ, ਜਿਹੜੀ ਕਿ ਫੈਲੀ ਹੋਈ ਹੈ। ਉਹਦੇ ਵਿੱਚ ਤਿੰਨ ਮਹੀਨੇ ਤੋਂ ਲੋਕਡਾਊਨ ਰਿਹਾ ਤੇ ਤੁਹਾਡੇ ਪਿੰਡ ਵਿੱਚ ਕੀ ਸਥਿਤੀ ਸੀ? ਸਾਡੀ ਸਥਿਤੀ ਬਹੁਤ ਵਧੀਆ ਸੀਗੀ, ਬਾਕੀ ਪੰਚਾਇਤ ਨੇ ਨਗਰ ਨੇ ਵਧੀਆ ਸਹਿਯੋਗ ਦਿੱਤਾ, ਬਹੁਤ ਵਧੀਆ ਰਿਹਾ, ਲੋਕਾਂ ਨੂੰ ਜਾਗਰੂਕ ਕੀਤਾ, ਵਧੀਆ ਮਤਲਬ ਦੇ ਵਿੱਚ ਰਹੇ ਹਾਂ। ਸਰ ਉਹਦੇ ਵਿੱਚ ਲੋਕਾਂ ਨੂੰ ਰਾਸ਼ਨ ਵਗੈਰਾ ਪ੍ਰੋਵਾਈਡ ਵਗੈਰਾ ਕੀਤਾ? ਹਾਂ ਮੈਡਮ ਕੀਤਾ। ਸਰ ਤੇ ਇਹਨੇ ਇਸ ਦੌਰਾਨ ਤੁਹਾਡੇ ਪਿੰਡ ਦਾ ਕੋਈ ਕੇਸ ਵਗੈਰਾ ਆਇਆ ਹੋਵੇ? ਨਾ ਕੋਈ ਮੈਡਮ ਜੀ, ਕੋਈ ਕੇਸ ਨਹੀਂ ਆਇਆ ਸਾਡੇ ਪਿੰਡ ਦਾ। ਸਰ ਤੁਹਾਡੇ ਪਿੰਡ ਵਿੱਚ ਸਿੱਖਿਆ ਪੱਧਰ ਕੀ ਕਿੱਥੋਂ ਤੱਕ ਹੈ? ਸਿੱਖਿਆ ਪੱਧਰ ਸਾਡੇ ਮੈਡਮ ਜੀ ਮਿਡਲ ਤੱਕ ਆ ਤੇ ਸਿੱਖਿਆ ਪ੍ਰਤੀ ਤਾਂ ਸਾਡਾ ਬਹੁਤ ਵੱਧ ਤੋਂ ਵੱਧ ਉਪਰਾਲਾ ਗਾ ਵੀ ਸਕੂਲ ਨੂੰ ਵੱਧ ਤੋਂ ਵੱਧ ਅੱਗੇ ਲਿਜਾਇਆ ਜਾ ਸਕੇ। ਠੀਕ ਹੈ। ਸਾਡੀ ਬਹੁਤ ਮਦਦ ਦੇ ਵਿੱਚ, ਅਸੀਂ ਹੁਣ ਵੀ ਸਕੂਲ ਦੇ ਵਿੱਚ ਆਂਗਣਵਾੜੀ ਬਣਾ ਰਹੇ ਹਾਂ, ਮੁਕੰਮਲ ਹੀ ਬਣੀ ਚੁੱਕੀ ਹੈ ਮੈਡਮ ਜੀ ਤੇ ਉੱਥੇ ਕੰਪਲੀਟ ਆ ਕੰਮ ਵੈਸੇ ਤੇ ਬਾਕੀ ਐਜੂਕੇਸ਼ਨ ਦੇ ਤਾਂ ਅਸੀਂ ਵੱਧ ਤੋਂ ਵੱਧ ਉਪਰਾਲਾ ਕੀਤਾ ਹੋਇਆ ਵੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਅੱਗੇ ਲਿਆ ਜਾ ਸਕੇ। ਸਰ ਜਿੱਦਾਂ ਕਿ ਤੁਸੀਂ ਕਿਹਾ ਕਿ ਮਿਡਲ ਕਲਾਸ ਤੱਕ ਸਕੂਲ ਹੈਗਾ, ਉਸ ਤੋਂ ਉੱਤੇ ਅਗਰ ਬੱਚੇ ਪੜ੍ਹਨਾ ਚਾਹੁੰਦੇ ਕਿੱਥੇ ਜਾਂਦੇ ਨੇ? ਉਸ ਤੋਂ ਅੱਗੇ ਹੀ ਬੱਚੇ ਮਿਡਲ ਤੋਂ ਬਾਅਦ ਸ੍ਰੀ ਵਾਲਾ ਲੋਕ ਸਾਡੇ ਪਿੰਡਾਂ ਦਾ, ਬਾਕੀ ਮਲੂਕਾ ਪਿੰਡਾਂ ਉੱਥੇ ਬੱਚੇ ਚਲੇ ਜਾਂਦੇ ਨੇ, ਲੜਕੀਆਂ ਇੱਧਰ ਮਲੂਕੇ ਚਲੇ ਜਾਂਦੇ ਨੇ ਤੇ ਲੜਕੇ ਇੱਧਰ ਸ੍ਰੀ ਵਾਲਾ ਚਲੇ ਜਾਂਦੇ ਨੇ। ਸਰ ਦੇਖਿਆ ਜਾਵੇ ਤੇ ਪਿੰਡਾਂ ਵਿੱਚ ਕੁੜੀਆਂ ਤੇ ਮੁੰਡਿਆਂ ਚ ਫਰਕ ਕੀਤਾ ਜਾਂਦਾ, ਤੁਹਾਡੇ ਪਿੰਡ ਵਿੱਚ ਇਸ ਬਾਰੇ ਕੀ ਕਹਿਣਾ? ਨਹੀਂ ਨਹੀਂ ਇਸ ਬਾਰੇ ਮਤਲਬ ਦੇ ਵਿੱਚ ਕੋਈ ਨਹੀਂ, ਵਧੀਆ ਨੇ, ਇਸ ਤੇ ਇੱਕ ਸਾਥ ਸਮਝਦੇ ਆ। ਸਰ ਪੰਜਾਬ ਵਿੱਚ ਦਿਨੋ ਦਿਨ ਨਸ਼ਾ ਵੱਧ ਰਿਹਾ, ਤੁਹਾਡੇ ਪਿੰਡ ਵਿੱਚ ਨਸ਼ੇ ਦੀ ਕੀ ਸਥਿਤੀ ਹੈ? ਨਹੀਂ ਠੀਕ ਆ, ਵਧੀਆ ਜੀ, ਸਾਡੇ ਕੋਈ ਇਸ ਤਰ੍ਹਾਂ ਦੀ ਹੈ ਨਹੀਂ ਕੋਈ ਸਮੱਸਿਆ, ਬਿਲਕੁਲ ਠੀਕ। ਸਰ ਤੁਹਾਡੇ ਪਿੰਡ ਵਿੱਚ ਡਿਸਪੈਂਸਰੀ ਹੈ? ਹਾਂ ਮੈਡਮ ਜੀ, ਹੈਗੀ ਡਿਸਪੈਂਸਰੀ, ਆਯੁਰਵੈਦਿਕ ਡਿਸਪੈਂਸਰੀ ਹੈ। ਓਕੇ। ਸਰ ਆਉਣ ਵਾਲੇ ਟਾਈਮ ਵਿੱਚ ਤੁਸੀਂ ਆਪਣੇ ਪਿੰਡ ਨੂੰ ਕਿਸ ਰੂਪ ਚ ਦੇਖਣਾ ਚਾਹੁੰਦੇ ਹੋ? ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਪਿੰਡ ਨੂੰ ਬਹੁਤ ਵਧੀਆ ਦੇਖਣਾ ਚਾਹੁੰਦੇ ਹਾਂ, ਪਿੰਡ ਦੇ ਵਿੱਚ ਇੰਟਰਲੋਕ ਵਗੈਰਾ ਲੱਗੇ, ਬਹੁਤ ਵਧੀਆ ਬਣੇ ਮੇਰਾ ਪਿੰਡ, ਗਰੀਬ ਤਬਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਕਾਨਾਂ ਦੀ ਰਿਪੇਅਰ ਵਗੈਰਾ ਹੋ ਜੇ, ਜਿਹਨਾਂ ਗਰੀਬ ਤਬਕੇ ਦੇ ਲੋਕਾਂ ਕੋਲ ਪਲਾਟ ਵਗੈਰਾ ਹੈਗੇ ਉਹਨਾਂ ਨੂੰ ਪੰਜ ਪੰਜ ਮਰਲਿਆਂ ਦੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਉਹਨਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ, ਦਿੱਤੇ ਜਾਣ ਤਾਂ ਕਿ ਗਰੀਬ ਤਬਕਾ ਵੀ ਵਧੀਆ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕੇ। ਸਰ ਤੁਸੀਂ ਸਾਡੇ ਚੈਨਲ ਰਾਹੀਂ ਸਾਡੇ ਸਰਕਾਰ ਤੋਂ ਕੀ ਮੰਗ ਰੱਖਦੇ ਹੋ? ਸਰਕਾਰ ਤੋਂ ਤਾਂ ਵੈਸੇ ਮੇਰੀ ਬਹੁਤ ਵੱਡੀ ਮੰਗ ਆ, ਪਹਿਲਾਂ ਤਾਂ ਸਕੂਲ ਦੀ ਤੁਹਾਨੂੰ ਕਹਿ ਰਿਹਾ, ਮੇਰੀ ਤਾਂ ਸਭ ਤੋਂ ਵੱਡੀ ਮੇਨ ਮੰਗ ਸਕੂਲ ਹੀ ਆ ਜੀ, ਐਜੂਕੇਸ਼ਨ ਹੋਊਗੀ, ਬੱਚਿਆਂ ਦਾ ਭਵਿੱਖ ਬਣੂਗਾ, ਤਾਜ਼ੀ ਮਤਲਬ ਦੇ ਵਿੱਚ ਦੇਸ਼ ਦਾ ਸੂਬੇ ਦਾ ਵਿਕਾਸ ਹੋ ਸਕਦਾ ਗਾ, ਐਜੂਕੇਸ਼ਨ ਤੋਂ ਇਲਾਵਾ ਤਾਂ ਕੁਛ ਵੀ ਨਹੀਂ ਹੋ ਸਕਦਾ ਗਾ, ਇਹ ਐਜੂਕੇਸ਼ਨ ਆ ਦੇਸ਼ ਆ ਸੂਬੇ ਦੇ, ਐਜੂਕੇਸ਼ਨ ਦੇ ਨਾਲ ਮੇਰੀ ਤਾਂ ਐਜੂਕੇਸ਼ਨ ਦੀ ਮਤਲਬ ਦੇ ਵਿੱਚ ਵੱਧ ਤੋਂ ਵੱਧ ਸਰਕਾਰ ਅੱਗੇ ਮੰਗ ਆ, ਦੁਆ ਵੀ ਸਕੂਲਾਂ ਦੇ ਵਿੱਚ ਪੀਅਨ ਵਗੈਰਾ ਰੱਖੇ ਜਾਣ, ਸਫਾਈ ਦੇ ਪ੍ਰਬੰਧ ਹੋਣ, ਠੀਕ ਆ ਜੀ, ਬਾਕੀ ਟੀਚਰਾਂ ਦੀਆਂ ਪੋਸਟਾਂ ਜਲਦ ਤੋਂ ਜਲਦ ਭਰੀਆਂ ਜਾਣ ਤਾਂ ਕਿ ਕੋਈ ਵੀ ਸਕੂਲ ਦੇ ਵਿੱਚ ਦਿੱਕਤ ਨਾ ਆਵੇ, ਸਮੱਸਿਆ ਨਾ ਆਵੇ,
मेरी सरकार को यही मंग है। बाकी होर भी काफी मंगा ने स्कूल दे विच प्ले ग्राउंड वधिया बनाया जाए। सर साडे चैनल राही तुसी नौजवान पीढ़ी नूं ते आपदे पिंड दे लोकां नूं की संदेश देना चाहुंदे हो? मेरी तो नौजवान पीढ़ी नूं यही बेनती है कि वो अपने पहली गल तां मां बाप दा सत्कार करन, फर्ज बनदा उहनां दा। बाकी अपना नौजवान पीढ़ी नशे पत्ते तो गुरेज करे, मतलब खेडां दे विच प्रफुल्लित होवे, खेडां दे नाल जुड़े। मेरी तो यही नौजवान पीढ़ी नूं बेनती है मतलब दे विच अपने मां बाप का सत्कार करन, वड्डियां का सत्कार करन। मेरी तो उहनां दी जनरेशन नूं यही बेनती है भी अपना मां बाप का सत्कार करो, एजुकेशन सिक्ख्या वल ध्यान दिओ, सेहत वल ध्यान दिओ। मेरे तो मतलब दे विच आने वाली पीढ़ी नूं यही बेनती है, उहनां दे बच्चों नूं यही बेनती है। और ऐसे तरह तुहानू मिलवांदे रहांगे होर हस्तियां दे नाल। सत श्री अकाल।